ਲੋਈ ਮਿੱਤਰੋ ਵੈਲਕਮ ਬੈਕ ਹੈ ਗਏ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਵੀਡੀਓ ਦੀ ਤੁਸੀਂ ਬਹੁਤ ਅਡੀਕ ਕਰ ਰਹੇ ਤੇ ਅੱਜ ਉਹ ਵੀਡੀਓ ਆ ਗਈ ਹਸਾਈ ਨਾ ਜਾ ਯਾਰ ਤੇ ਅੱਜ ਉਹ ਵੀਡੀਓ ਆ ਗਈ ਤੇ ਬਾਈ ਅੱਜ ਦੀ ਵੀਡੀਓ ਹੈਗੀ ਹੈ ਕਿਊ ਐਨ ਐ ਤੇ ਬਹੁਤ ਕੁਐਸਚਨ ਆਏ ਬਹੁਤ ਜ਼ਿਆਦਾ ਕੁਐਸਚਨ ਆਏ ਤੇ ਮੈਨੂੰ ਤਾਂ ਲੋਕ ਕਹਿਣ ਲੱਗੇ ਬਾਈ ਤੂੰ ਝੂਠਾ ਐ ਤੂੰ ਕਹਤਾ ਵੀ ਬਾਈ ਵੀਡੀਓ ਬਣਾਉਂਗਾ ਬਣਾਇਉ ਨਹੀਂ ਬਾਈ ਥੋੜਾ ਟਾਈਮ ਲੱਗਦਾ ਯਾਰ ਵੀਡੀਓ ਬਣਾਉਣ ਨੂੰ ਕਿਊ ਐਨ ਐ ਕਿਉਂਕਿ ਮੈਂ ਵੱਤ ਤੋਂ ਵੱਤ ਜਿੰਨੇ ਕੁਐਸਚਨ ਆ ਸਕਦੇ ਤੇ ਉਹਨੇ ਲਈ ਗਿਆ ਤੇ ਵੈਸੇ ਤਾਂ ਯਾਰ ਕੁਐਸਚਨ ਆਏ ਆ ਬਟ ਕਾਫੀ ਕੁਸ਼ਨ ਰਿਪੀਟ ਹੋਈ ਗਈ ਜਿਵੇਂ ਕਿ ਇੱਕ ਤਾਂ ਯਾਰ ਪਤਾ ਨਹੀਂ ਕਾਤੇ ਲੋਕਾਂ ਨੂੰ ਜਾਣਨ ਦੀ ਪਈ ਰਹਿੰਦੀ ਹੈ ਗਰਲਫ੍ਰੈਂਡ ਪਤਾ ਨਹੀਂ ਕਾਤੇ ਦੂਜੀ ਗੱਲ YouTube ਇਨਕਮ ਠੀਕ ਹੈ ਤੀਜੀ ਗੱਲ ਹੋ ਗਈ ਤੁਸੀਂ ਥੋੜੀ 12ਵੀਂ ਕਿਮਿਸਕਿਪ ਹੋ ਗਈ ਠੀਕ ਆ ਇਹ ਕੁਐਸਚਨ ਆ ਵੈਸੇ ਹੋਰ ਵੀ ਆ ਆਪਾਂ ਸਾਰਿਆਂ ਦੇ ਜਵਾਬ ਦਵਾਂਗੇ ਠੀਕ ਆ ਜੇ ਤੁਸੀਂ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਈ ਜੇ ਥੋੜਾ ਕੁਐਸਚਨ ਨਹੀਂ ਲੈ ਸਕਿਆ ਤਾਂ ਸੌਰੀ ਕਿਉਂਕਿ ਜਿਹੜੇ ਬੰਦਿਆਂ ਨੇ ਇੰਸਟਾ ਪਰ ਡੀਐਮ ਕਰੇ ਤੇ ਕਈ ਵਾਰੀ ਮੈਨੂੰ ਡੀਐਮ ਨਹੀਂ ਜਾਂਦੇ ਹੁੰਦੇ ਤੇ ਕਈ ਵਾਰੀ ਆ ਜਾਂਦੇ ਆ ਪਤਾ ਨਹੀਂ ਕੀ ਪ੍ਰੋਬਲਮ ਆ ਕੁਝ ਬਾਕੀ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਪਹਿਲੇ ਕੁਐਸਚਨ ਤੋਂ ਨਾਮ ਵੀ ਬੋਲਣੇ ਸਾਰਿਆਂ ਦੇ ਨਾ ਨਾਮ ਕੀ ਆਈਡੀ ਦਿੱਤੀ ਹੋਈ ਆ ਨਾ ਨਾਮ ਬੇਸਿਕ ਪਲੇਅਰ ਮਾਈ ਕੁਐਸ਼ਨ ਵੀਰੇ ਤੁਹਾਡੀ ਏਜ ਵੀਰੇ ਤੁਹਾਡੀ ਕਲਾਸ ਵੀਰੇ ਮੇਰੀ ਏਜ ਹੈਗੀ ਆ 18 ਠੀਕ ਆ 18 ਸਾਲ ਦਾ ਮੈਂ ਤੇ ਮੇਰੀ ਕਲਾਸ ਹੈਗੀ ਆ 12ਵੀਂ ਓਕੇ ਤੇ ਉਹਦੇ ਬਾਅਦ ਆਈ ਸਪਲੈਂਡਰ ਦਾ ਕੁਐਸ਼ਨ ਆ ਤੇ ਪਲੱਸ 2 ਕਦੋਂ ਪਲੱਸ 2 ਕਦੋਂ ਕੀਤੀ ਐਂਡ ਕਿੰਨੇ ਪਰਸੈਂਟ ਆਏ ਤੇ ਬਾਈ ਪਲੱਸ 2 ਮੈਂ ਹਲੇ ਕਰੀ ਨਹੀਂ ਕਰ ਰਹੇ ਆ ਯਾਰ 12ਵੀਂ ਜਾਮੈਂ ਤੇ ਅੱਗੇ ਦੱਸਾਂਗੇ ਕਿ ਕਿਉਂ 12ਵੀਂ ਜਾਂ 18 ਸਾਲ ਦਾ ਹੈਗਾ 12ਵੀਂ ਚ ਕਿਉਂ ਆ ਤੁਹਾਨੂੰ ਦੱਸਦਾ ਅੱਗੇ ਸਪਲੈਂਡਰ ਦੇ ਐਸ ਵੀਲ ਕਿੰਨੇ ਦੇ ਪਏ ਤੁਹਾਡਾ ਪਿੰਡ ਕਿਹੜਾ ਹੈ ਬਾਈ ਸਪਲੈਂਡਰ ਦੇ ਐਸ ਵੀਲ ਪਏ ਤੇ ਮੇਰੇ 5000 ਦੇ 5000 ਦੇ ਉਹ ਕਹਿੰਦਾ ਦਾ ਬਾਈ ਪਰ ਤੇ ਜਿਹੜੇ ਮੇਰੇ ਪੁਰਾਣੇ ਏਜੰਸੀ ਵਾਲੇ ਵੀਲ ਤੇ ਉਹਨੇ 5500 ਦੇ ਦੋ ਰੱਖ ਲਏ ਤੇ ਟੋਟਲ ਆਪਾਂ ਨੂੰ ਪੈ ਗਿਆ 1000 4000 ਦੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਹੈਗਾ ਜੀ ਆਪਣਾ ਮਰਿੰਡਾ ਸ਼ਹਿਰ ਆ ਪਿੰਡ ਨਹੀਂ ਹੈਗਾ ਸ਼ਹਿਰ ਆ ਇਹ ਆਪਣਾ ਮਰਿੰਡਾ ਠੀਕ ਹੈ। ਔਰ ਬਰਕੀਰਣ ਦਾ ਕੁਐਸਚਨ ਹੈ। ਬ੍ਰੋ 12ਵੀਂ ਇਦਾਂ ਲੇਟ ਕਿਵੇਂ ਹੋਗੀ ਡੋਡੀ ਐਂਡ ਕੈਨੇਡਾ ਜਾਣ ਵਾਲੇ ਕੀ ਸੋਚਿਆ? ਭਾਈ ਇਹ ਕੁਐਸਚਨ ਅੰਨਿਆਂ ਨੇ ਪੁੱਛਿਆ ਨਾ ਵੀ ਪਲੱਸ 2 ਥੋੜੀ ਲੇਟ ਕਿਵੇਂ ਹੋਗੀ? ਕਿਵੇਂ ਹੋਗੀ? ਕਿਵੇਂ ਹੋਗੀ? ਕਿਉਂਕਿ ਮੈਂ ਇੱਕ ਵਲੌਗ 'ਚ ਦੱਸਿਆ ਤਾਂ ਵੀ 10ਵੀਂ ਮੈਂ 2019 19 'ਚ ਕਰੀ ਸੀ 19 ਦੇ ਵਿੱਚ 20 'ਚ ਮਾਰਚ 'ਚ ਪੇਪਰ ਤੇ ਮਿਲੇ ਤੇ ਪੇਪਰ ਕਲੀਅਰ ਹੋ ਜਾਣੇ ਤੇ ਠੀਕ ਹੈ। ਤੇ 11ਵਾਂ ਮੈਂ 2022 ਚ ਕਰੀ 2 ਸਾਲ ਦਾ ਗੈਪ ਕਿਵੇਂ ਪੈ ਗਿਆ ਇਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਕਿਉਂਕਿ ਬਹੁਤ ਕੁਐਸਚਨ ਪੁੱਛਿਆ ਲੋਕਾਂ ਨੇ ਆਹਾਲ ਤੇ ਕੈਨੇਡਾ ਜਾਣਾਰੇ ਕੀ ਸੋਚਿਆ ਕੈਨੇਡਾ ਜਾਣਾਰੇ ਵੀਰੇ ਸੋਚਿਆ ਐਵੇਂ ਆ ਵੀ ਸਾਡਾ ਜੀ ਉਰੇ ਕੁਛ ਨਾ ਬਣਿਆ ਤੇ ਆਪਾਂ ਕੈਨੇਡਾ ਚਲੇ ਜਾਣਾ ਕਿਉਂਕਿ ਇੰਗਲਿਸ਼ ਤਾਂ ਤੁਹਾਨੂੰ ਬੜਾ ਛੋਡੇ ਬਾਈ ਜੀ ਇਸ ਵੈਰੀ ਇਸ ਗੁੱਡਿੰਗ ਆਫ ਦਾ ਲਾਂਟੇ ਮੋਲ ਇਸ ਵੈਰੀ ਨਾਈਸ ਪਰਸਨ ਕੁਛ ਵੀ ਤੇ ਅਗਲਾ ਕੁਐਸਚਨ ਹੈ ਜੀ ਕਰਨ ਸੋਹੀ ਬੁਲਟ ਕਿੱਧਰ ਗਿਆ bro ਬੁਲਟ ਬਾਈ ਉਰੀ ਖੜਾ ਯਾਰ ਉਰੀ ਖੜਾ ਟੈਨਸ਼ਨ ਨਾ ਲੋ ਤੁਸੀਂ ਉਹ ਮੜਾ ਚੱਕਰ ਪਿਆ ਹੋਇਆ ਜਦ ਆਪਣਾ ਰੁਬਲ ਬਣ ਜੂਗਾ ਪੁਲਿਸ ਚ ਤਾਂ ਆਪਾਂ ਕੱਢੇ ਕਰਾਂਗੇ ਜੇ ਮਰੇ ਮਰੇਂਡੇ ਤੇ ਲੈਣੀ ਪਰਤੀ ਤਾਂ ਚੰਡੀਗੜ੍ਹ ਚੰਡੀਗੜ੍ਹ ਲਊਗਾ ਚਲ ਚੰਡੀਗੜ੍ਹ ਘੁਮਾਇਆ ਕਰੂੰਗਾ ਫਿਰ ਤੇ ਅਗਲਾ ਕੁਐਸਚਨ ਹੈ ਜੀ ਅਨਨੋਂ ਦਾ bro 12ਵੀਂ ਇਦਾਂ ਕਿਵੇਂ ਲੇਟ ਹੋ ਗਈ ਤੁਹਾਡੀ ਯਾਰ ਮੈਨੂੰ ਦੱਸਦੇ ਆ ਯਾਰ ਤੁਸੀਂ ਦਰਦਾਂ ਨੂੰ ਕਿਉਂ ਛੇੜੀ ਜਾਂਦੇ ਆ ਯਾਰ ਦੱਸਦੇ ਆ ਖੜ ਜਾ ਦੱਸਦੇ ਅਗਲਾ ਹਿੱਟ ਗੇਮਿੰਗ ਮਾਈ ਕੁਐਸਚਨ ਕੈਨੇਡਾ ਜਾਣ ਵਾਲੀ ਕੀ ਸੋਚਿਆ ਦੱਸਤਾ ਵੀਰੇ ਆਪਾਂ ਨੂੰ ਤੇ ਕੈਨੇਡਾ ਵੈਸੇ ਵਧੀਆ ਯਾਰ ਵੈਸੇ ਯਾਰ ਮੈਨੂੰ ਕੈਨੇਡਾ ਜਾਣਾ ਇੰਟਰਸਟ ਨਹੀਂ ਹੈਗਾ ਮੈਂ ਤੁਹਾਨੂੰ ਦੱਸਦਾ ਮੈਨੂੰ ਨਾ ਕੈਨੇਡਾ ਜਾਣਾ ਇੰਟਰਸਟ ਨਹੀਂ ਹੈਗਾ ਮੈਨੂੰ ਇੰਟਰਸਟ ਆ ਮੈਨੂੰ ਕਾਫੀ ਘੱਟ ਕੰਟਰੀ ਜਿਵੇਂ ਹੋ ਗਿਆ ਜਾਪਾਨ ਠੀਕ ਹੈ ਮੈਨੂੰ ਇਹੀ ਜੀ ਕੰਟਰੀਆਂ 'ਚ ਇੰਟਰਸਟ ਆ ਜਾਪਾਨ ਹੋ ਗਿਆ ਠੀਕ ਹੈ ਤੇ ਆਪਣਾ ਦੁਬਈ ਹੋ ਗਿਆ ਠੀਕ ਆ ਆਸਟ੍ਰੇਲੀਆ ਹੋ ਗਿਆ ਮੈਨੂੰ ਇਹਨਾਂ 'ਚ ਇੰਟਰਸਟ ਆ ਕੈਨੇਡਾ ਇਹਨਾਂ 'ਚ ਕੋਈ ਸਾਰੇ ਦਾ ਕੈਨੇਡਾ ਚਾਈ ਜੰਨੇ ਆ ਸਾਰੇ ਪੰਜਾਬੀ ਕੈਨੇਡਾ ਫਿਰਦੇ ਆ ਉੱਥੇ ਜਾ ਕੇ ਆਪਾਂ ਜਾ ਕੇ ਦੇਖੋ ਪਾਕਿਸਤਾਨ ਇੱਕ ਪਾਕਿਸਤਾਨ ਇਹ ਇਹ ਥੋੜੀਆਂ ਕੰਟਰੀਆਂ ਮੈਨੂੰ ਜਿਹੜੀਆਂ ਵਧੀਆਂ ਲੱਗਦੀਆਂ ਕੈਨੇਡਾ ਸਾਰੇ ਤਾਂ ਪੰਜਾਬੀ ਭਰੇ ਹੋਏ ਆ ਉੱਥੇ ਯਾਰ ਪਰ ਜੇ ਤੁਸੀਂ ਪੰਜਾਬੀ ਉਹ ਦੇਖਣਾ ਹੈ ਉਰੀ ਦੇਖ ਲਓ ਪੰਜਾਬ ਚ ਰਹਿ ਕੇ ਕੈਨੇਡਾ ਘਰ ਜਾਣਾ ਸਮਝ ਰਹੇ ਆ ਉਹਦੇ ਬਾਅਦ ਯੂਜ਼ਰ ਦਾ ਕੁਐਸਚਨ ਹੈ ਜੀ ਤੁਸੀਂ ਸੀਯੂ ਲੱਗਣਾ ਕਯੂ ਐਨ ਜੀ ਜਰੂਰ ਦੱਸਿਓ ਬਿਰੇ ਹਾਂ ਜੀ ਆਪਾਂ ਸੀਯੂ ਲੱਗਣਾ ਠੀਕ ਆ ਅਗਲੇ ਸਾਲ ਨੈਕਸਟ ਈਅਰ ਮਤਲਬ ਨੈਕਸਟ ਈਅਰ ਵੀ ਨੌ ਮਹੀਨੇ ਰਹਿ ਗਏ ਮੇਰੇ ਪਲੱਸ 2 ਤੇ ਦਿਖਾ ਦਿਆਂ ਨੈਕਸਟ ਕੁਐਸਚਨ ਬ੍ਰਾਜ਼ੀਲ ਨਹੀਂ ਹੈਗੀ ਤੇਰੀ ਸੇਲੀ ਹੁਣ ਇਹਦਾ ਜਵਾਬ ਕਹਿ ਦਈਏ ਰਪਰ ਹੈ ਨਹੀਂ ਤਾਂ ਹੈ ਨਹੀਂ ਹਾਂ ਕਹਿ ਜਵਾਬ ਦੇ ਸੇਲੀ ਆਉਣ ਵਾਲੀ ਆ ਬਸ ਮੇਰੀ ਸੇਲੀ ਟ੍ਰੇਨ ਆ ਭਾਈ ਜਦ ਵੀ ਮੈਂ ਵੀਡੀਓ ਬਣਾਉਂਦਾ ਟ੍ਰੇਨ ਆ ਜਾਂਦੀ ਆ ਤਾਂ ਮੇਰੀ ਸੇਲੀ ਟ੍ਰੇਨ ਤੇ ਭਾਈ ਅਗਲਾ ਕੁਐਸਚਨ ਬੇਸਿਕ ਪਲੇਅਰ ਦਾ bro ਜੋ ਤੁਸੀਂ 350 ਐਂਡ 500 ਵੋਲਟ ਦਾ ਟੋਚਨ ਪਾਇਆ ਸੀ ਉਹਦੇ ਵਿੱਚ ਜੋ ਦੂਜਾ ਵੀਰ ਸੀ ਉਹਦਾ ਚੈਨਲ ਹੀ ਨਹੀਂ ਮੈਂਸ਼ਨ ਕਰਿਆ ਮੈਂਸ਼ਨ ਨਹੀਂ ਕਰਿਆ ਤਾਂ ਮੈਂ ਕਰਨੀ ਦਾ ਅੱਛਾ ਉਹ ਵੀਡੀਓ ਚੈਨਲ ਦੱਸ ਦੋ ਐਂ ਮੁਬਾਰਕਾਂ ਇੱਕ ਲਈ ਪਹਿਲਾਂ ਤਾਂ ਬਾਈ ਤੁਹਾਡਾ ਧੰਨਵਾਦ ਮੁਬਾਰਕਾ ਦੇਣ ਨੂੰ ਤੇ ਬਾਕੀ ਉਹ ਚੈਨਲ ਉਹ ਬਾਈ ਦਾ ਨਾਮ ਹੈਗਾ ਆਰੀਅਨ ਵਰਮਾ ਵਲੌਗ ਤੁਸੀਂ ਲਿਖ ਲੂਗੇ ਆਰੀਅਨ ਵਰਮਾ ਵਲੌਗਸ ਤਾਂ ਉੱਪਰ ਆ ਜਾਣਾ ਚੈੱਕ ਕਰ ਲਿਓ ਠੀਕ ਹੈ ਤੇ ਅਗਲਾ ਹੈਗਾ ਰਾਜਨ ਪੰਗੂ ਰਾਜਾ ਪੰਗੂ ਸੋਰੀ ਰਾਜਾ ਪੰਗੂ ਬਿਲ ਸਪਲੈਂਡਰ ਦਾ ਬੋਲਟ ਨਾ ਟੋਜਣ ਫੋ ਲੈ ਯਾਰ ਆਹ ਕਿਆ ਗੱਲ ਬਣੀ ਸਪਲੈਂਡਰ ਦਾ ਬੋਲਟ ਨਾ ਯਾਰ ਇਹ ਮਤਲਬ ਪਾ ਲਾਂਗੇ ਉਹ ਕੋਈ ਚੱਕਰ ਨਹੀਂ ਹੈਗਾ ਜਿੱਤੜਾ ਬੋਲਟ ਨੇ ਉਹ ਤਾਂ ਪਤਾ ਹੈ ਪਰ ਦੇਖੋ ਸਪਲੈਂਡਰ 100 cc ਜਾਂ 350 cc ਦਾ ਮਤਲਬ ਹੀ ਨਹੀਂ ਬਣਦਾ ਕੋਈ ਇਹ ਤਾਂ ਉਹ ਗੱਲ ਹੋ ਗਈ ਫੋਰਚੂਨਰ ਦੀ ਉਹ ਲੈ ਨਾ ਮਰੂਤੀ ਨਾ ਟੋਜਨ ਪਾ ਲੋ ਇਹ ਤਾਂ ਗੱਲ ਤੁਹਾਨੂੰ ਪਤਾ ਯਾਰ ਤੇ ਨੈਕਸਟ ਕੁਐਸਚਨ ਹੈ ਜੀ ਪਰਮਜੀਤ ਸਿੰਘ ਵੀ ਟਾਇਰ ਦਾ ਨੰਬਰ ਦੱਸੋ ਟਾਇਰ ਦਾ ਨੰਬਰ ਨੰਬਰ ਨਹੀਂ ਭਾਈ ਸਾਨੂੰ ਪਤਾ ਅਸੀਂ ਪੁੱਛਿਆ ਨਹੀਂਦਾ ਅਸੀਂ ਦੇਖਿਆ ਜਿਹੜਾ ਮੋਟਾ ਟਾਇਰ ਦਾ ਅਸੀਂ ਪਾ ਲਿਆ ਨੰਬਰ ਤਾਂ ਨਹੀਂ ਦੇਖਿਆ ਦਾ ਕਿਹ ਆਊਗਾ ਨੰਬਰ ਇਹ ਤਾਂ ਉਹ ਵੀ ਨਹੀਂ ਪਤਾ ਆਪਾਂ ਨੇ ਵੀ ਕਿ ਕਿਹੜੀ ਕੰਪਨੀ ਦਾ ਉਹ ਬੱਦਪਾ ਟਾਇਰ ਦੇ ਮੋਟਰ ਟਾਇਰ ਦੇ ਕੋ ਵਾਲਾ ਕੰਪਨੀ ਕੰਪਨੀ ਵੀ ਨਹੀਂ ਪਤਾ ਸੰਤਾ ਭਾਈ ਤੇ ਅਗਲਾ ਕੁਐਸਚਨ ਹੈ ਜੀ ਰਜਨੇਸ਼ ਕੁਮਾਰ ਰਜਨੇਸ਼ ਕੁਮਾਰ ਰਜਨੀਸ਼ ਕੁਮਾਰ ਪਰਨੇਸ਼ ਕੁਮਾਰ ਜੋ ਵੀ ਆ ਤੇ ਭਾਈ ਜੇ ਠੀਕ ਕਰ ਦਿਓ ਤੇ ਪ੍ਰਾ ਥੋੜਾ ਥੋੜਾ ਐਡਰੈਸ ਕੀ ਆ ਬਿਗ ਫੈਨ ਸ਼ਾਊਟ ਆਊਟ ਦੇ ਦਿਓ ਦਕੇਸ਼ ਤਾਂ ਬਈ ਐਡਰੈਸ ਹੈਗਾ ਮੇਰਾ ਦਰਪਣ ਕਲੋਨੀ ਮਰੈਂਡਾ ਠੀਕ ਹੈ ਮਰੈਂਡਾ ਆਪਣਾ ਰੋਪੜ ਦੇ ਵਿੱਚ ਪੈਂਦਾ ਮਰੈਂਡਾ ਤੇ ਬਿਗ ਫੈਨ ਬਾਈ ਫੈਨ ਕਰੇ ਯਾਰ ਫੈਨ ਦਾ ਸਿੰਗਾ ਸੰਗਰਾਂ ਦੇ ਹੁੰਨੇ ਆ ਰਸਤਾਪਾ ਦੇ ਛੋਟੇ ਬੰਦੇ ਆ ਯਾਰ ਠੀਕ ਆ ਤੇ ਅਗਲਾ ਕੁਐਸਚਨ ਹੈ ਜੀ ਅਨਨ ਦਾ ਰੁਬਲ ਵੀਰ ਕੀ ਕਰਦਾ ਐ ਐਂਡ ਉਹਦੀ ਏਜ ਕਿੰਨੀ ਐ ਐਂਡ ਤੁਸੀਂ ਦੋਨੋਂ ਕੇ ਮਿਲੇ ਆ ਜਾ ਰੁਬਲ ਤੁਸੀਂ ਦੱਸਦੇ ਪਹਿਲਾਂ ਦੱਸੋ ਠੋੜੀ ਬਾਈ ਕੱਢ ਜਾ ਕੁਐਸਚਨ ਤਾਂ ਰੁਬਲ ਵੀਰ ਕੀ ਕਰਦਾ ਪਹਿਲਾਂ ਇਹ ਦੱਸ ਮੈਂ ਬੀਏ ਕਰਦਾ ਠੀਕ ਹੈ ਨਾ ਦੇਖੋ ਭਾਈ ਮੈਂ ਕਰਦਾ ਬੀਏ ਤੇ ਮੇਰੀ ਉਮਰ ਹੈਗੀ 20 ਸਾਲ ਤੇ ਆਪਾਂ ਕਹਿ ਬੁੱਲਿਆਗੇ ਕਹ ਪਦੋਂ ਮੇ ਕਿਵੇਂ ਮਿਲੇ ਕਿਵੇਂ ਮਿਲੇ ਸਕੂਲ ਚ ਮਿਲੇ ਤੇ ਭਾਈ ਉਹੀ 7ਵੀਂ 8ਵੀਂ ਚ ਆਪਾਂ ਹਾਂ 7ਵੀਂ 8ਵੀਂ ਚ ਮਿਲੇ ਤੇ ਆਹੀ ਦਾ ਭਾਈ ਤੇ ਰੁਪਲਵੀਰ ਕਿਆ ਕਰਦਾ ਕਰਦਾ ਇਹ ਠੀਕ ਹੈ ਭਾਈ ਭਾਈ ਸਪਲੈਂਡਰ ਕਿੰਨੇ ਦਾ ਲੀਆ ਥਾ ਹੋਰ ਕਿਸਤਾਂ 'ਤੇ ਭਰਿਆ ਨਕਦ ਬਾਈ ਆਪਾਂ ਨਕਦ ਲਿੱਤਾ 87 ਦਾ 87 ਦਾ ਪੈ ਗਿਆ ਤਾਂ 87000 ਦਾ ਤੇ ਕਿਸਤਾਂ 'ਤੇ ਜੇ ਲਿੰਦੇ ਬਸੇ ਅਸੀਂ ਪੁੱਛਿਆ ਨਹੀਂ ਤਾਂ ਪਰ ਇੱਕ ਦੋ ਮੁੰਡਿਆਂ ਨੇ ਮੈਨੂੰ ਕਹਿੰਦਾ ਉਹ ਕਹਿੰਦਾ ਵੀ ਉਹੀ 90 ਪ 95 ਦਾ ਪੈ ਗਿਆ ਤਾਂ ਮੈਨੂੰ 90 95 ਦਾ ਕਿੱਥੇ ਯਾਰ 87 ਦਾ ਹੈਗਾ 3000 ਕਿਸ਼ਤ ਬਸ 3000 ਬਸ ਨਹੀਂ ਉਹਨੇ ਵੱਧ ਵਰਤੀ ਦੀ ਨਾ ਹਾਂ ਜਿਆਦਾ ਉਹ ਕਰਕੇ ਭਰੀ ਦੀ ਨਾ ਪਰ 3000 ਕਿਸ਼ਤ ਕਿੱਥੇ ਯਾਰ ਉਹਨੇ ਵਾਧੂ ਕਰਕੇ ਭਰਤੀ ਉਹ ਕਹਿੰਦਾ ਮੇਰੇ ਕੋਲ ਪੈਸੇ ਹੀ ਉਹ ਉਸ ਟਾਈਮ ਉਹ ਹੈ ਨਹੀਂ ਦੇ ਘੱਟਦੇ ਨਾ ਹਾਂ ਚੱਲ ਕੋਈ ਤੇ ਥੋੜੇ ਜੇ ਘੱਟ ਦਿੱਤੇ ਉਹਦੇ ਕੋਲ ਉਹ ਕਹਿੰਦਾ ਵੀ ਬਸ ਮੇਰੇ ਜਾਣ ਪਛਾਣ ਦਾ ਬੰਦਾ ਤਾਂ ਉਹਨੇ ਘੱਟ ਕਰਵਾ ਕੇ ਬਣਾ ਦਿੱਤੀ ਅੱਛਾ ਅੱਗੇ ਆ ਬਾਈ ਸਕਾਰ ਗੇਮਿੰਗ ਸਕਾਰ ਐਕਸ ਗੇਮਿੰਗ ਕੋਈ ਇਹ ਜੀ ਗੱਲ ਜਿਹੜੀ ਤੁਸੀਂ ਕਰਦੇ ਆ ਨੂੰ ਨਾਂ ਦੱਸੀ ਹੋਵੇ ਛੋਟੀ ਛੋਟੇ ਹੁੰਦੇ ਤਾਂ ਪਲੀਜ਼ ਦੱਸੋ ਬਾਈ ਬਹੁਤ ਗੱਲਾਂ ਹੈ ਜੀ ਬਹੁਤ ਜ਼ਿਆਦਾ ਜਿਹੜੀ ਮੈਂ ਕਰਦੇ ਨੂੰ ਲੁਕੋਈਆਂ ਬਚਪਨ ਚ ਹੁਣ ਵੀ ਤੇ ਉਹ ਮੈਂ ਉਹ ਨਹੀਂ ਦੱਸ ਸਕਦਾ ਪਬਲੀਕਲੀ ਉਹ ਥੋੜੀਆਂ ਜਿਆਦਾ ਹੋਣਾ ਤੇ ਜਿਹੜੀ ਦੱਸ ਸਕਦਾ ਉਹ ਮੈਂ ਦੱਸ ਸਕਦਾ ਵੀ ਛੋਟੇ ਹੁੰਦੇ ਬਾਈ ਅਸੀਂ ਖੇល ਰਹੇ ਤੇ ਤੇ ਮੈਂ ਆਪਣਾ ਗੇਟ ਚੜਨ ਲੱਗਿਆ ਤਾਂ ਅ ਘਰ ਦਾ ਗੇਟ ਚੜਨ ਲੱਗਿਆ ਤਾਂ ਉੱਥੇ ਉਹ ਨਹੀਂ ਹੁੰਦੀ ਸੇਫਟੀ ਵਾਸਤੇ ਉਹ ਤਲਵਾਰਾਂ ਜੀਆਂ ਗ੍ਰਿੱਲ ਜੀ ਗ੍ਰਿੱਲ ਜੀ ਹੁੰਦੀ ਆ ਤੇ ਉਹ ਚੜਦੇ ਚੜਦੇ ਮੇਰੇ ਗ੍ਰਿੱਲ ਵੱਜੀ ਉਹਦੇ ਤੇ ਸਾਰਾ ਮੇਰਾ ਉਹਦੇ ਤੇ ਛਾਤੀਆਂ ਤੇ ਟੱਕ ਵੇ ਸ਼ਰੀਰ ਲੱਗ ਹੋ ਗਿਆ ਮੇਰਾ ਲੱਗ ਨਹੀਂ ਮਤਲਬ ਕੱਟ ਗਿਆ ਪੈ ਗਿਆ ਤੇ ਉਹ ਹਫਤਾ ਤੇ ਉਹ ਹਫਤਾ ਦੋ ਹਫਤੇ ਨਹੀਂ ਹਾਂ ਪਰ ਮੈਂ ਦੱਸਿਆ ਨਹੀਂ ਕਰਦਿਆਂ ਨੂੰ ਇਹ ਬਹੁਤ ਮੇਰੇ ਖਿਆਲ ਚ ਤੀਜੀ ਚੌਥੀ ਦੀ ਗੱਲ ਹੋਣੀ ਹੈ ਤੇ ਆਪਣੀ ਤਾਂ ਇਹ ਤੀ ਬਾਕੀ ਬਾਧੂਆ ਮੇਰੇ ਉਹੀ ਯਾਰ ਪਿਆਰ ਨਾ ਹਾਂ ਇੱਕ ਗੱਲ ਹੈਗੀ ਤੇ ਜਦ ਅਸੀਂ ਉਹੀ ਖੇਡਣ ਕੋ ਉੱਪਰ ਖੇਲਦੇ ਤੇ ਕੋਠੇ ਪਰ ਤੇ ਮੇਰੇ ਤੇ ਪਾਣੀ ਦਾ ਟੈਂਕ ਉਹ ਪਾਈਪ ਨਹੀਂ ਹੁੰਦਾ ਯਾਰ ਪਾਣੀ ਦਾ ਉਹ ਟੁੱਟ ਗਿਆ ਉਹ ਨਾਲ ਦੇ ਮੁੰਡੇ ਨਾਲ ਖੇਡ ਰਹੇ ਤੇ ਉਹਦਾ ਨਾਮ ਲਾਤਾ ਫਿਰ ਡਾਡੀ ਨੇ ਕੁਝ ਨਹੀਂ ਕੀਤਾ ਅਗਲੇ ਦਿਨ ਉਹਦੀ ਮੰਮੀ ਨੇ ਆ ਕੇ ਦੱਸਤਾ ਵੀ ਇਹਨਾਂ ਨੇ ਤੋੜਿਆ ਫਿਰ ਸਾਡਾ ਬੜਾਂਕਾ ਹੋ ਗਿਆ ਅੱਛਾ ਵੈਸੇ 3-4 ਵਾਰੀ ਮੈਂ ਗੱਡੀ ਗੁੱਡੀ ਦਾ ਠੋਕ ਠੋਕ ਰਿੰਦਾ ਹੁੰਦਾ ਆ ਮੈਂ ਕਦੇ ਭਾਈ ਦਾ ਨਾਮ ਲਾ ਦਿੰਦਾ ਕਦੇ ਗਵੰਡੀਆਂ ਦਾ ਐਵੇਂ ਬਹੁਤ ਆ ਗੱਲਾਂ ਬ੍ਰੋ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ ਵੀਡੀਓ ਦੇ ਵਿੱਚ ਭਾਈ ਵੀਡੀਓ ਚ ਮੇਰੇ ਪੁਰਾਣਾ ਚੈਨਲ ਦਾ ਜਿਹੜਾ ਉਹਦੇ ਪਰ ਤੇ ਮੈਨੂੰ ਬਾਦੂ ਪੈਸੇ ਆਏ ਤੇ ਠੀਕ ਆ ਆਂਦੇ ਆ ਤੇ ਇਹਦੇ ਪਰ ਹੁਣੀ ਮੋਨਟਾਈਜ਼ ਹੋਇਆ ਇਹ ਇਹਦੇ ਪਰ ਤੇ ਵੀ ਮਤਲਬ ਆਈ ਜਾਂਦੇ ਹੌਲੀ ਹੌਲੀ ਤੇ ਪ੍ਰਗਾ ਚਕਰ ਹੁੰਦਾ ਮੈਂ ਤੁਹਾਨੂੰ ਚਲੋ ਅੱਜ ਤੁਹਾਨੂੰ ਦੱਸੇ ਦਿੰਦਾ ਬਾਈ ਜੇ ਤੁਸੀਂ YouTube ਉੱਪਰ ਬਣ ਕੇ ਠੀਕ ਆ ਐ ਨਾ ਸੋਚਿਓ ਵੀ ਬਹੁਤ ਛੇਤੀ ਤੁਹਾਨੂੰ ਪੈਸੇ ਮਿਲਣ ਲੱਗ ਜੂਗੇ ਬਹੁਤ ਜਿਆਦਾ ਆਸਾਨ ਆ YouTube ਉੱਪਰ ਤੇ ਐ ਪੈਸੇ ਆਂਦੇ ਆ ਐ ਨਹੀਂ ਆਂਦੇ ਬਾਈ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਠੀਕ ਆ ਇਹ ਮੈਂ ਐ ਨਹੀਂ ਕਹਿ ਰਿਹਾ ਵੀ ਮੈਂ YouTube ਬਣਾਦਾ ਮੈਂ ਆਪਣੇ ਆਪ ਨੂੰ ਸਿੰਪਥੀ ਦਵਾ ਵੀ ਤੁਹਾਨੂੰ ਪੈਸੇ ਮਿਲੂਗੇ ਤੁਹਾਨੂੰ ਸੱਚੀ ਗੱਲ ਹੰਦਾ ਮੈਂ ਦੇਖੋ ਸਭ ਤੋਂ ਪਹਿਲਾਂ ਤੁਹਾਡਾ 1000 ਸਬਸਕ੍ਰਾਈਬਰ ਤੇ 4000 ਘੰਟੇ ਵਾਚ ਟਾਈਮ ਹੋਣਾ ਚਾਹੀਦਾ ਜ਼ਰੂਰੀ 4000 ਘੰਟੇ ਵਾਚ ਟਾਈਮ ਦਾ ਮਤਲਬ ਵੀ ਜੇ ਤੁਸੀਂ 10 ਮਿੰਟ ਦੀ ਵੀਡੀਓ ਪਾਈ ਹੈ ਤਾਂ ਇੱਕ ਬੰਦੇ ਨੇ ਪੂਰੀ ਵੀਡੀਓ ਦੇਖ ਲਈ 10 ਮਿੰਟ ਦੀ ਤਾਂ ਤੁਹਾਡੇ 10 ਮਿੰਟ ਵਾਚ ਟਾਈਮ ਹੋ ਗਿਆ 10 ਮਿੰਟ ਤੇ ਤੁਸੀਂ ਐਵੇਂ 4000 ਘੰਟੇ ਕਰਨੇ ਆ 4000 ਘੰਟੇ ਠੀਕ ਆ ਜਦ ਉਹ 4000 ਘੰਟੇ ਹੋ ਗਏ ਉਹਦੇ ਬਾਅਦ ਇੱਕ ਕੇ ਸਬਸਕ੍ਰਾਈਬਰ ਹੋ ਗਏ ਫਿਰ ਤੁਹਾਡਾ ਚੈਨਲ ਹੋਗਾ ਮੋਨਟਾਈਜ਼ ਤੇ ਜਦ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਉਦੋਂ ਫਿਰ ਥੋੜੀਆਂ ਬੋਧੀਆਂ ਤੁਸੀਂ ਉਹ ਕਰਨੀਆਂ ਜੋ ਮਤਲਬ ਆਧਾਰ ਆਪਣਾ ਆਧਾਰ ਕਾਰਡ ਜਾਂ ਕੁਝ ਦੇ ਕੇ ਬੈਂਕ ਅਕਾਊਂਟ ਦੇ ਕੇ ਟੱਡਾ ਅਕਾਊਂਟ ਅਟੈਚ ਹੋ ਜਾਣਾ ਤੇ ਥੋੜੀਆਂ ਆਣ ਲੱਗ ਜਣੀਆਂ ਐਡਸ ਜੋ ਕਿ ਮੇਰੇ ਆਉਂਦੀਆਂ ਐ ਐਡਸ ਆਣ ਲੱਗ ਜਣੀਆਂ ਰਿਕੁਆਇਰਡ ਐਡੇ ਖੁੱਲੀ ਹੋਈ ਹੈ ਉੱਪਰ ਤੇ ਐਡਸ ਆਣ ਲੱਗ ਜਣੀਆਂ ਉਸ ਤੋਂ ਬਾਅਦ ਠੋਡਾ YouTube ਇਹਦੇ 'ਤੇ ਹੋਊਗਾ ਉਹ ਗੱਲ 10 10 ਜੁੜਾ ਇਕੱਠਾ ਹੋਊਗਾ ਠੀਕ ਹੈ ਡਾਲਰਾਂ ਦੇ ਪੈਸੇ ਆਉਣਗੇ ਜੋ ਕਿ ਤੁਹਾਡੀ ਇੰਡੀਅਨ ਕਰੰਸੀ ਬਣ ਜੂਗੀ ਠੀਕ ਹੈ ਡਾਲਰ 10 ਇਕੱਠੇ ਹੋਮਗੇ ਤੁਹਾਡੇ ਇਹਦੇ ਚ ਤੁਹਾਡੇ ਅਕਾਊਂਟ ਚ ਤੇ ਉਸ ਤੋਂ ਬਾਅਦ 10 ਵਿਡਰੋ ਹੋਣਗੇ ਉਹਦੇ ਵਾਰ ਇੱਕ ਐਡਸੈਂਸ ਆਊਗਾ ਐਡਸੈਂਸ ਜਦ ਆ ਗਿਆ ਤੁਹਾਡਾ ਉਹਦੇ ਵਾਰ ਤੁਹਾਡੇ 10 ਵਿਡਰੋ ਹੋਣਗੇ ਜਿਹੜੇ ਕਿ ਆਪਣੇ ਇੰਡੀਅਨ ਰੁਪਈਆ ਚ ਹੁੰਨੇ ਆ 800 ਰੁਪਿਆ ਠੀਕ ਹੈ 800 ਰੁਪਿਆ ਜਿਹੜਾ ਤੁਹਾਡਾ ਪਹਿਲੀ ਵਾਰ ਆ ਗਿਆ ਉਸ ਤੋਂ ਬਾਅਦ ਤੁਹਾਡੇ ਮਹੀਨੇ ਦਾ ਜਦ ਸ਼ੁਰੂਆਤ ਹੋ ਰਹੀ ਹੈ ਜੇ 10000 ਤੋਂ ਥੱਲੇ ਹੈ ਸਬਸਕ੍ਰਾਈਬਰ ਫਿਰ ਥੋੜਾ ਨਾ ਮਹੀਨੇ ਚ ਤੁਸੀਂ 100 ਡਾਲਰ ਕੰਪਲੀਟ ਕਰਨਾ ਹੈ ਜੇ ਤੁਸੀਂ 100 ਡਾਲਰ ਜਦ ਵੀ ਕੰਪਲੀਟ ਕਰਤਾ ਭਾਵੇਂ 1 ਮਹੀਨੇ ਚ ਕਰੋ ਭਾਵੇਂ 2 ਮਹੀਨੇ ਚ ਕਰੋ ਉਹ 100 ਡਾਲਰ ਤੁਹਾਡੇ ਅਕਾਊਂਟ ਚ ਆ ਜਾਣਾ 100 ਡਾਲਰ ਯਾਨੀ ਕਿ ਇੰਡੀਅਨ 8000 ਦੇ ਕਰੀਬ ਹੁੰਦਾ ਹੈ ਠੀਕ ਹੈ ਉਹ 100 ਡਾਲਰ ਤੁਹਾਡੇ ਅਕਾਊਂਟ ਚ ਆ ਜਾਣਾ ਤੇ ਐਵੇਂ ਐਵੇਂ ਕਰਕੇ ਅੱਗੇ ਅੱਗੇ ਵਧੀ ਜੇ ਅੰਦਰ ਤੁਹਾਨੂੰ ਅੱਜ ਤੁਹਾਨੂੰ ਇੰਨੀ ਬਰੀਕੀ ਨਾ ਕਿਸੇ YouTube ਪਰ ਹੀ ਨਹੀਂ ਦੱਸਿਆ ਹੋਣਾ ਮੈਂ ਤੁਹਾਨੂੰ ਦੱਸਤਾ ਤੇ ਬਸ ਠੀਕ ਹੈ ਇਹਦਾ ਮਤਲਬ ਤੁਸੀਂ ਮੇਰੇ ਭਾਈਆਂ ਠੀਕ ਹੈ ਅੱਗੇ ਬਾਅਦ ਦੇ ਅੱਗੇ ਬਾਅਦ ਦੇ ਹੁਣ ਤੇ ਅਗਲਾ ਕੁਐਸਚਨ ਹੈ ਜੀ ਹਿੱਟਮੈਨ ਦਾ ਬਰੋ 12ਵੀਂ ਚ ਕਿਆ ਪੰਗਾ ਪੈ ਗਿਆ ਤਾਂ 12ਵੀਂ ਜੀ ਬਾਈ ਚਲੋ ਇਹ ਵੀ ਦਰਨਾ ਕੁਐਸਚਨ ਵੀ 12ਵੀਂ ਚ ਕਿਆ ਪੰਗਾ ਪੈ ਗਿਆ ਤਾਂ 12ਵੀਂ ਜੀ ਬਾਈ ਮੇਰਾ ਪੰਗਾ ਪੈ ਗਿਆ ਤਾਂ ਐਵੇਂ ਵੀ ਅਸੀਂ 10ਵੀਂ ਦਾ ਚੱਲ ਇਕੱਠੇ ਕਰੀ ਤੀ ਉਹਦੇ ਬਾਅਦ 2020 ਚ ਚੱਲ ਸਾਡੀ 10ਵੀਂ ਕਲੀਅਰ ਹੋ ਗਈ ਕਰੋਨਾ ਨਾਲ ਕਰੋਨਾ ਬੈਚ ਤਾਂ ਸਾਡਾ ਤਾਂ ਕਰਕੇ ਸਾਡਾ 91 ਮੈਂ 91% ਆਇਆ ਤੇਰੇ ਕਿੰਨੇ ਆਏ ਤੇ 93 93 ਆਇਆ ਜੀ ਅੱਛਾ ਚੱਲ ਕਰੋਨਾ ਦਾ कोरोना ਦਾ ਤੇ ਹੁਣ ਮੇਰੇ ਵੈਸੇ 11ਵੀਂ ਦੇ 55 ਆਏ ਨੇ ਮੇਰੇ ਪਲੱਸ 2 ਦੇ ਹੁਣ 83 ਚਲ ਕੋ ਹੁਣ ਵੀ ਕੋਰੋਨਾ ਆ ਗਿਆ ਦਾ ਮੈਨੂੰ ਲੱਹਾ ਅਗਲਾ ਨਹੀਂ ਹਾਂ ਚਲ 10ਵੀਂ ਚਲ ਅਸੀਂ ਇਕੱਠਿਆਂ ਨਹੀਂ ਕਰੀ ਉਸ ਤੋਂ ਬਾਅਦ ਇਹ 11ਵੀਂ ਚ ਲੱਗ ਗਿਆ ਪਰ ਮੈਂ ਨਾ ਆਈਟੀ ਹੀ ਲੱਗ ਗਿਆ ਦਾ ਕਰਨ ਬਸ ਹੀ ਆਪਣੇ ਆਈਟੀ ਕਰਨ ਲੱਗ ਗਿਆ ਫਟੇ ਘਰ ਸਾਵਧਨ ਨਾਲ ਬਸੀ ਤੇ ਉੱਥੇ ਮੈਂ ਆਈਟੀ ਹੀ ਕਰਨ ਲੱਗ ਗਿਆ ਤੇ ਪਰ ਮੇਰਾ ਯਾਰ ਜੀ ਨਹੀਂ ਲੱਗਿਆ ਤਾਂ ਮੈਂ ਇੱਕ ਸਾਲ ਦਾ ਇਕਨੇ ਬਰਬਾਦ ਕਰਤਾ ਲੱਗਾ ਨਾ ਲੱਗਾ ਲੱਗਾ ਨਾ ਲੱਗਾ ਤੇ ਉਸ ਤੋਂ ਬਾਅਦ ਜਦ ਮੈਂ ਲੱਗਿਆ ਉਦੋਂ ਵਾਰ ਮੇਰਾ ਮਨ ਨਹੀਂ ਲੱਗਿਆ ਯਾਰ ਉੱਥੇ ਤੇ ਦੋ ਤਿੰਨ ਦਿਨ ਗਿਆ ਉਸਦੇ ਬਾਅਦ ਮੈਂ ਹਟ ਗਿਆ ਫਿਰ ਜਦ ਮੈਂ ਐਡਮਿਸ਼ਨ ਕਰਾਨੇ ਗਿਆ ਪਲੱਸ 2 ਚ ਉਹ ਹੋਈ ਨਹੀਂ ਦੋ ਸਾਲ ਬਰਬਾਦ ਹੋ ਗਏ ਉਸ ਤੋਂ ਬਾਅਦ ਮੈਂ 2022 ਚ ਪਲੱਸ 2 ਕਰਨ ਪਲੱਸ 1 ਕਰਨ ਲੱਗ ਗਿਆ ਠੀਕ ਆ ਆ ਚੱਕਰ ਪੈ ਗਿਆ ਤਾਂ ਤੇ ਵੈਸੇ ਇਹ ਮੈਂ ਦੱਸਿਆ ਤੁਹਾਨੂੰ ਛੋਟ ਚ ਬਹੁਤ ਪੰਗੇ ਪਏ ਤੇ ਵੀ ਯਾਰ ਕਿਆ ਕਰਾਂ ਕਿਆ ਕਰਾਂ ਠੀਕ ਆ ਪਤਾ ਤਾਂ ਕਰਦੇ ਉਹਨੂੰ ਵੀ ਪੜਨ ਦਾ ਇਹਨੇ ਹੈ ਨਹੀਂ ਠੀਕ ਆ ਕਿ 12ਵੀਂ 12ਵੀਂ ਕਰਨੀ ਜ਼ਰੂਰੀ ਸੀ ਆਈਟੀਆਈ ਦੀ ਬਾਈਟੀਈ ਦੀ ਜਿਹੜੀ ਦੋ ਸਾਲ ਉਹਨੇ 12ਵੀਂ ਦੇ ਉਦੇ ਪਰੇ ਹੁੰਨੇ ਵੀ 12ਵੀਂ ਹੋ ਜੂਗੀ ਤਾਂ ਕਰਕੇ ਚੱਕਰ ਜੇ ਪੈ ਗਿਆ ਤਾਂ ਬਾਕੀ ਚਲੋ ਹੁਣ ਰੱਬ ਦੀ ਕਿਰਪਾ ਨਾਲ 12ਵੀਂ ਹੋਗੀ ਬਸ ਚੱਲੀ ਜਾਣਾ ਅੱਗੇ ਅੱਗੇ ਤੇ ਬਾਈ ਅਗਲਾ ਕੁਐਸਚਨ ਹੈ ਜੀ ਦਿਵੰਸ਼ ਗੇਮਿੰਗ ਸ਼ਾਦੀ ਕਦੋਂ ਕਰਨੀ ਹੈ ਸ਼ਾਦੀ ਬਾਈ ਸ਼ਾਦੀ ਯਾਰ ਸ਼ਾਦੀ ਦੇ ਕਿਆਸ ਨਹੀਂ ਕਿਆ ਸੋਚ ਕੇ ਤੁਸੀਂ ਇਹਨੂੰ ਸਵਾਲ ਪੁੱਛਦੇ ਯਾਰ ਤੁਹਾਨੂੰ ਦੱਸਦਾ ਵੀ ਇਹ 18 ਸਾਲ ਦਾ ਹੈ ਕਿਨੇ 17 ਤਾਂ ਕਿ 18 18 ਸਾਲ ਦਾ ਹੈਗਾ ਯਾਰ ਤੁਹਾਨੂੰ ਲੱਗਦਾ ਇਹ ਸ਼ਾਦੀ ਕਰ ਲੂੰਗਾ ਇਹਦੇ ਨਾਲ ਕੋਈ ਸ਼ਾਦੀ ਨੇ ਮਤਲਬ ਸ਼ਾਦੀ ਕਰ ਲੂੰਗਾ ਯਾਰ ਹੱਦ ਕਰਦੇ ਯਾਰ ਕੋਈ ਸੋਚ ਸਮਝ ਕੇ ਸਵਾਲ ਪੁੱਛਿਆ ਕਰੋ ਯਾਰ ਤਾੜੀ ਉਹੀ ਨਾ کہیں ਪਤਾ ਕਿੰਨੀਆਂ ਜੇ ਬਾਜ਼ਾਰ 'ਚ ਜਾ ਕੇ ਅਕਸ਼ੇ ਕੁਮਾਰ ਵਾਲਾ ਪੋਲੀ ਮਾਰਨ ਦਾ ਨਾ ਅਕਸ਼ੇ ਕੁਮਾਰ ਨੇ ਤੇ ਸ਼ਾਰੂਖ ਖਾਨ ਵਾਲਾ ਕੁੜੀਆਂ ਬੇਹੋਸ਼ ਹੋ ਜਾਂਦੀਆਂ ਬੇਹੋਸ਼ ਗੱਲਾਂ ਮਾਰਦਾ ਤੇ ਮੈਂ ਖੁਸ਼ਬੂ ਜੀ ਆ ਜਾਂਦੀਆਂ ਨਾ ਤਾਂ ਕਰਕੇ ਬੇਹੋਸ਼ ਹੋ ਜਾਂਦੀਆਂ ਭਾਈ ਜੀਐਫ ਹੈਗੀ ਕੋਈ ਵੀਰ ਭਾਈ ਜੀਐਫ ਹੁਣ ਨਹੀਂ ਹੈਗੀ ਯਾਰ ਤੇ ਤੂੰ ਨਾਲ ਚੱਲ ਆ ਕੇ ਤੀ ਚੱਲ ਤੂੰ ਦੱਸ ਵਿਆਹ ਨਹੀਂ ਨਹੀਂ ਹਾਂ ਨਹੀਂ ਨਹੀਂ ਹਾਂ ਨਹੀਂ ਇਹ ਵੀਡੀਓ ਦੇਖ ਰਹੀ ਆ ਮੈਂ ਜਿਹੜੀ ਵੀਡੀਓ ਆਪਾਂ ਨੇ ਪਾਉਣੀ ਆ ਜਿਹੜੀ ਆਪਾਂ ਨੇ ਵੀਡੀਓ ਪਾਉਣੀ ਆ ਇਹ ਤਾਂ ਆਪਾਂ ਕਿਵੇਂ ਮਤਲਬ ਕਿਡਸ ਪਾ ਪਾਣੀ ਹੈ ਕਿ YouTube ਵੀਡੀਓ ਪਾ ਪਾਣੀ ਕਿ Instagram ਪਾ ਇਹ ਕਹਿ ਰਹਾ ਮੈਂ ਜਿਹੜੀ ਵੀਡੀਓ ਦੇਖ ਰਹੀ ਆ ਮਤਲਬ ਵੀਡੀਓ ਦਿਖ ਰਹੀ ਆ ਆਪਾਂ ਨੂੰ ਦਿਖ ਨਹੀਂ ਰਿਹਾ ਕੈਮਰਾ ਹੈ ਨਾ ਉਹ ਵੀਡੀਓ ਕਿੱਥੇ ਪਾਣੀ Instagram ਪਾ YouTube ਪਾ Instagram ਪਾ ਪੈ ਜਾਂਦੀ ਐਡੀ ਬਣੀ ਸਟੋਰੀ ਬਾ ਦੂੰਗਾ ਇੱਕ ਇੱਕ ਮਿੰਟ ਦੀ ਚੱਲ ਅਗਲਾ ਕੁੱਸ਼ਨ ਯਾਰੀ ਤੇ ਕੋਈ ਦੋ ਗੱਲਾਂ ਆਫੀਸ਼ਲ ਪ੍ਰੀ ਦਾ ਕੁਐਸਚਨ ਆ ਯਾਰੀ ਦੇ ਭਾਈ ਅੱਜ ਕੱਲ ਕੋਈ ਯਾਰ ਯੂਰ ਨਹੀਂ ਹੈਗਾ ਸਾਰੇ ਮਤਲਬੀ ਆ ਹਰਾਮੀ ਆ ਸਾਰੇ ਬਹੁਤ ਭਾਈ ਬਹੁਤ ਫੇਰ ਤਾਂ ਮੇਰਾ ਭਾਈ ਆ ਯਾਰੀ ਪਰ ਗੱਲਾਂ ਕਹਿੰਦਾ ਤੁਸੀਂ ਯਾਰਾ ਮੇਰਾ ਭਾਈ ਆ ਤੇ ਯਾਰੀ ਯਾਰ ਦੇਖੋ ਮੈਂ ਤੁਹਾਨੂੰ ਦੱਸਦਾ ਯਾਰੀ ਨਾ ਬਹੁਤਿਆਨਾਂ ਨਹੀਂ ਨਿਭਦੀ ਹੁੰਦੀ ਭਾਈ ਮੈਂ ਦੇਖਿਆ ਬਹੁਤ ਘੱਟ ਲੋਕਾਂ ਨਾਲ ਨਿਭਦੀ ਹੁੰਦੀ ਏ ਥੋੜੇ ਬੋਤੇ ਲੋਕਾਂ ਨਾਲ ਬਹੁਤ ਘੱਟ ਲੋਕਾਂ ਨਾਲ ਮੰਨ ਲਓ ਤੁਸੀਂ ਬਹੁਤ ਘੱਟ ਯਾਰ ਹੁੰਨੇ ਆ ਤੇ ਜਿਆਦਾ ਜੀ ਥੋੜੇ ਜਿਆਦਾ ਯਾਰ ਆ ਫਿਰ ਪਰ ਉਹ ਗੱਲ ਬਣਦੀ ਨਹੀਂ ਹੈ ਕਿ ਜਿਹੜੀ ਘੱਟ ਨਾ ਬਣਦੀ ਆ ਠੀਕ ਆ ਬਸ ਇਹੀ ਸੀ ਮੇਰੀਆਂ ਗੱਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰੀ ਜਾਓ ਕਰੀ ਕਰ ਲੋ ਮਤਲਬ ਅੱਗੇ ਬਹੁਤ ਕੁਝ ਬਹੁਤ ਆਊਗਾ ਤੇ ਬਹੁਤ ਆਊਗਾ ਸਪਲੈਂਡਰ ਦੇ ਵਲੌਗ ਬੁਲਟ ਦੇ ਵੀ ਆ ਜਾਣਗੇ ਸਪਲੈਂਡਰ ਦੇ ਬੁਲਟ ਦੇ ਹੋਰ ਵੀ ਬਹੁਤ ਚੈਲੰਜ ਵਗੈਰਾ ਆਪਾਂ ਸਭ ਕੁਝ ਪਾਵਾਂਗੇ ਤੁਸੀਂ ਸਪੋਰਟ ਕਰੋ ਸਾਰੀ ਆ ਜਿਹੜੀ ਗਰਮੀ ਜਿਆਦਾ ਆਈਆਂ ਆਈਆਂ ਜੀ ਉਹ ਗਰਮੀ ਬਹੁਤ ਆ ਯਾਰ ਸੱਚੀ ਆ ਆਪਾਂ ਦੂਏ ਜਾਨ ਦੇ ਵਿੱਚ ਦੇਖੂਗੇ ਮੈਂ ਕਹਿੰਦਾ 5 ਵਜ ਗਏ ਹਲੇ ਵੀ ਗਰਮੀ ਆ ਦੇਖ ਲਓ ਧੁੱਪ ਵਾਤਾ ਕਾ ਦੇ ਲੋ ਬਈ ਹੁਣ ਆਂਦੇ ਆਪਣੇ ਇੰਸਟਾਗ੍ਰਾਮ ਪਰ ਇੰਸਟਾਗ੍ਰਾਮ ਪਰ ਯਾਰ ਉਹ ਕੁਐਸਚਨ ਹੈ ਇੰਸਟਾਗ੍ਰਾਮ ਪਰ ਬਾਤ ਤੋ ਜਾ ਜਾ ਤੂੰ ਚੱਲ ਠੀਕ ਹੈ ਨਹੀਂ 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 ਨਾ ਵੀਡੀਓ ਬਣਾ ਕੋਈ ਨਹੀਂ ਲੈ ਆ ਵੀ ਇੰਸਟਾਗ੍ਰਾਮ ਪਰ ਆ ਗਏ ਤੇ ਆ ਗਿਆ ਜੀ ਬਈ ਯੋਰ ਬੈਸਟ ਮੂਵਮੈਂਟ ਠੀਕ ਹੈ ਬੈਸਟ ਮੂਵਮੈਂਟ ਹੈਗਾ ਜੀ ਆਪਣਾ ਵੈਸੇ ਤਾਂ ਸਾਰੇ ਬੈਸਟ ਨੇ ਜਿੰਨੇ ਵੀ ਅੱਜਕੱਲ ਆਪਾਂ ਜੀ ਰਹੇ ਆ ਸਾਰੇ ਬੈਸਟ ਆ ਪਰ ਬੈਸਟ ਆਪਣੇ ਯਾਰ ਸਕੂਲ ਵਾਲੇ ਬਹੁਤ ਬੈਸਟ ਤੇ ਯਾਰ ਮੇਰੀ 10ਵੀਂ ਵਾਲੇ 9ਵੀਂ ਵਾਲੇ 7ਵੀਂ 8ਵੀਂ ਵਾਲੇ ਉਹ ਬੈਸਟ ਤੇ ਯਾਰ ਤੇ ਅਗਲਾ ਕੁਐਸਚਨ ਹੈ ਬਾਈ ਇਨਕਮ ਕਿੰਨੀ ਹੈ ਤੇਰੀ ਇਨਕਮ ਕਿੰਨੀ ਆਈ ਪਹਿਲੀ ਵਾਰ ਨਾਲੇ ਪਲੀਜ਼ ਮੇਰਾ ਅਕਾਊਂਟ ਨੂੰ ਫੋਲੋ ਕਰਨ ਲਈ ਕਹੀਂ ਪਲੀਜ਼ ਤੇ ਬਾਈ ਇਨਕਮ ਮੇਰੀ ਆਈ ਥੀ ਪਹਿਲੀ ਵਾਰ ਮੇਰੀ ਆਈ ਥੀ 2021 ਚ 2021 ਚ ਆਈ ਥੀ ਮੇਰੀ ਦੋਏ ਚੈਨਲ ਪਰ ਪਹਿਲੀ ਵਾਰ ਤੁਹਾਨੂੰ ਦੱਸਿਆ ਰਹਿ ਗਿਆ 10 ਡਾਲਰ ਵਿਡਰੋ ਪਹਿਲੀ ਵਾਰ ਤਾਂ ਜਿਹੜਾ ਮਰਜੀ ਯੂਟਿਊਬਰ ਬਰਾਦਰ ਹੋਣਗੇ ਉਹਦੇ 10 ਡਾਲਰ ਤੇ ਆਪਣੀ 10 ਡਾਲਰ ਹੀ ਆਈ ਥੀ ਮੰਨ ਲਓ 800 ਰੁਪਿਆ ਤੇ ਉਸ ਤੋਂ ਬਾਅਦ ਆਈਆਂ ਬਾਦੂ ਮ ਆਏ ਆ ਉਹਦੇ ਬਾਅਦ ਤੇ ਅਗਲਾ ਕੁਐਸਚਨ ਹੈਗਾ ਜੀ ਆਪਣੀ 4 ਜੀ ਐਫ ਦਾ ਨਾਮ ਦੱਸ 4 ਜੀ ਐਫ ਪਹਿਲੀ ਟ੍ਰੇਨ ਹੋਗੀ ਬਾਈ ਯਾਰ ਨਹੀਂ ਯਾਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਹੁਣ ਨਹੀਂ ਯਾਰ ਠੀਕ ਆ ਤੇ ਹਾਂ ਲੇ ਇੱਕ ਕਾਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਕੇ ਵਜਿਏ। ਇਹ ਬਾਕੀ ਕੁਸ਼ਚਨ ਰਿਪੀਟ ਆ ਤੇ ਆਹੀ ਕੁਸ਼ਚਨ ਤੇ ਬਾਈ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਸਾਰੇ ਕੁਸ਼ਚਨਾਂ ਦੇ ਆਨਸਰ ਮਿਲ ਗਏ ਹੋਣਗੇ ਤੇ ਜਿਨ੍ਹਾਂ ਦੇ ਕੁਸ਼ਚਨ ਮੈਂ ਨਹੀਂ ਦੇ ਸਕਿਆ ਜਿਨ੍ਹਾਂ ਦੇ ਆਨਸਰ ਮੈਂ ਨਹੀਂ ਦੇ ਸਕਿਆ ਰਾਤ ਦਿਲ ਤੋਂ ਮਾਫੀ ਦਿਲ ਤੋਂ ਸੌਰੀ ਤੇ ਮਾਫ ਕਰ ਦਿਓ ਕਿਉਂਕਿ ਆ ਡੀਐਮ ਮੈਨੂੰ ਆਂਦੇ ਨਹੀਂ ਆਗੇ ਪਤਾ ਨਹੀਂ ਇੰਸਟਾ ਦਾ ਕੀ ਚੱਕਰ ਆ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੇ ਘੈਂਟ ਜੇ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੇਰਾ ਇੱਕ ਹੋਰ ਚੈਨਲ ਆ ਗਹਿਰੀ ਮਰਿੰਡਾ ਸਰਚ ਕਰੋ ਦੇਖ ਲਿਓ ਵੀਡੀਓ ਉਹਦੇ ਪਰ ਵੀ ਐਕਟਿਵ ਹੋਵਾਂਗੇ ਥੋੜੇ ਟਾਈਮ ਤੱਕ ਤੇ ਆਹੀ ਤਾਂ ਅੱਜ ਦੀ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਗੀ ਚੈਨਲ ਸਬਸਕ੍ਰਾਈਬ ਕਰ ਲਓ ਸਸ ਸ੍ਰੀ ਅਕਾਲ